ਬਰ ਸਾਡੀ ਤੁਹਾਡੀ ਸਭ ਦੀ ਜ਼ਿੰਦਗੀ ਦਾ ਹਮਸਫਰ ਬਣ ਚੁੱਕੀ ਇੱਕ ਖਾਸ ਐਪ ਦੇ ਨਾਲ ਜੁੜੀ ਹੋਈ ਹੈ ਜਿਸ ਦਾ ਨਾਮ ਹੈ WhatsApp ਤੇ ਇਹ ਜਾਣਕਾਰੀ ਤੁਹਾਡੇ ਬਟੂਏ ਦਾ ਬੋਝ ਵਧਾਉਣ ਵਾਲੀ ਹੈ ਕਿਉਂਕਿ ਮੈਸੇਜਿੰਗ ਪਲੇਟਫਾਰਮ WhatsApp ਨੇ ਆਪਣੇ ਕਰੋੜਾਂ ਯੂਜ਼ਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਹੁਣ ਜਿਹੜਾ ਬੈਕਅਪ Google Drive ਉੱਤੇ WhatsApp ਦਾ ਡਾਟਾ ਸਟੋਰ ਕਰਨ ਦੇ ਲਈ ਫੀਸ ਤੈਅ ਕਰ ਦਿੱਤੀ ਹੈ ਯਾਨੀ ਕਿ ਜੇ ਤੁਸੀਂ ਬੈਕਅਪ ਰੱਖਣਾ ਹੈ WhatsApp ਦੇ ਡਾਟਾ ਦਾ ਤਾਂ ਤੁਹਾਨੂੰ ਫੀਸ ਦੇਣੀ ਪਿਆ ਕਰੂਗੀ ਪਹਿਲਾਂ ਤੁਸੀਂ ਤੋਂ ਵਿੱਚ ਕਰ ਸਕਦੇ ਸੀ ਇਸ ਬੈਕਅਪ ਨੂੰ ਡਰਾਈਵ ਦੀ 15 ਜੀਵੀ ਮੁਫਤ ਲਿਮਟ ਤੋਂ ਵੱਖਰੇ ਤੌਰ ਤੇ ਸੁਰੱਖਿਅਤ ਰੱਖਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਏਗਾ ਜੇ ਤੁਹਾਨੂੰ WhatsApp ਚੈਟ ਦਾ ਬੈਕਅਪ ਲੈਣ ਲਈ ਹੋਰ ਸਟੋਰੇਜ ਚਾਹੀਦਾ ਹੈ ਤਾਂ ਤੁਹਾਨੂੰ ਹਰ ਮਹੀਨੇ Google Drive ਲਈ ਭੁਗਤਾਨ ਕਰਨਾ ਹੋਵੇਗਾ ਜੇ Google Drive ਚ ਕਾਫੀ ਥਾਂ ਹੈ ਤੇ ਤੁਹਾਡਾ ਕੰਮ 15 ਜੀਵੀ ਤੱਕ ਸਟੋਰੇਜ ਵਿੱਚ ਚੱਲ ਰਿਹਾ ਹੈ ਤਾਂ ਕੋਈ ਬਦਲਾ ਕਰਨ ਦੀ ਲੋੜ ਨਹੀਂ ਹੈ 100 ਜੀਵੀ ਸਟੋਰੇਜ ਦੀ ਪੇਸ਼ਕਸ਼ ਕਰਨ ਵਾਲੇ ਬੇਸਿਕ ਪਲਾਨ ਦੀ ਕੀਮਤ ਭਾਰਤ ਵਿੱਚ 130 ਰੁਪਏ ਪ੍ਰਤੀ ਮਹੀਨਾ ਹੈ 200 ਜੀਵੀ ਸਟੋਰੇਜ ਲੇ ਲਈ ਤੁਹਾਨੂੰ ਹਰ ਮਹੀਨੇ 210 ਰੁਪਏ ਦੇਣੇ ਪੈਣਗੇ ਤੁਸੀਂ ਦੋ ਟੀਵੀ ਸਟੋਰੇਜ ਵਾਲੇ ਪ੍ਰੀਮੀਅਮ ਪਲਾਨ ਲਈ ਪ੍ਰਤੀ ਮਹੀਨਾ 650 ਰੁਪਏ ਵੀ ਖਰਚ ਸਕਦੇ ਹੋ ਇੱਕ ਹੋਰ ਖਬਰ ਜਿਸ ਦਾ ਸਿੱਧਾ ਵਾਸਤਾ ਤੁਹਾਡੇ ਨਾਲ ਆਮ ਲੋਕਾਂ ਦੀ ਜੇਬ ਨਾਲ ਹੈ ਨਵੇਂ ਸਾਲ ਤੇ ਪੰਜਾਬ ਸਮੇਤ ਕਈ ਸੂਬਿਆਂ ਦੇ ਲੋਕਾਂ ਦੇ ਸਿਰ ਤੇ ਪੈਟਰੋਲ ਡੀਜ਼ਲ ਦੀ ਮਹਿੰਗਾਈ ਦਾ ਭਾਰ ਵੀ ਵਧਿਆ ਹੈ ਪੰਜਾਬ ਦੇ ਵਿੱਚ ਪੈਟਰੋਲ 51 ਪੈਸੇ ਤੇ ਡੀਜ਼ਲ 48 ਪੈਸੇ ਮਹਿੰਗਾ ਹੋਇਆ ਮਧ ਪ੍ਰਦੇਸ਼ ਝਾਰਖੰਡ ਤੇ ਗੋਆ ਦੇ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੇ ਭਾਅ ਛ ਮਾਮੂਲੀ ਵਾਧਾ ਹੋਇਆ ਮਹਾਰਾਸ਼ਟਰ ਚ ਪੈਟਰੋਲ 11 ਪੈਸੇ ਡੀਜ਼ਲ 12 ਪੈਸੇ ਸਸਤਾ ਵੀ ਹੋਇਆ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਪੈਟਰੋਲ ਡੀਜ਼ਲ ਹੈ ਉਹ ਸਸਤਾ ਹੋਇਆ ਗੁਜਰਾਤ ਦੇ ਵਿੱਚ 84 ਪੈਸੇ ਦਾ ਵਾਧਾ ਹੋਇਆ ਪੈਟਰੋਲ ਦੇ ਭਾਅ ਡੀਜ਼ਲ ਦਾ ਪਾ ਉੱਥੇ ਹੀ ਖੜਾ ਹੈ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਿਲਿਆ ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਨਾਂ ਕੀਮਤਾਂ ਦੇ ਵਿੱਚ ਬਦਲਾਅ ਹੋਇਆ ਹੈ। ਬੁੱਧਵਾਰ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਵੀ ਕੋਰ ਕਮੇਟੀ ਦੀ ਬੈਠਕ ਹੋਈ ਅਤੇ ਪੰਜਾਬ ਬੀਜੇਪੀ ਦੀ ਵੀ ਕੋਰ ਕਮੇਟੀ ਦੀ ਬੈਠਕ ਹੋਈ ਹੈ। ਦੋਵੇਂ ਉਹ ਪਾਰਟੀਆਂ ਨੇ ਜਿਹੜੀਆਂ ਭਵਿੱਖ ਦੇ ਵਿੱਚ ਮੋੜ ਤੋਂ ਗੱਠ ਜੋੜ ਕਰ ਸਕਦੀਆਂ ਨੇ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਗ੍ਰਾਫ ਨੂੰ ਉੱਚਾ ਚੁੱਕਣ ਲਈ ਕਈ ਵੱਡੇ ਪ੍ਰੋਗਰਾਮ ਉਲਿੱਕੇ ਗਏ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ 12 ਜਨਵਰੀ ਨੂੰ ਸ਼੍ਰੀ ਮੁਖਸਰ ਸਾਹਿਬ ਵਿਖੇ ਮਾਈ ਭਾਗੋ ਜਿਦੇ ਨਾਮ ਤੇ ਇਸਤਰੀ ਕਾਨਫਰੰਸ ਕਰਵਾਈ ਜਾਵੇਗੀ 14 ਜਨਵਰੀ ਨੂੰ ਮਾਗੀ ਮੌਕੇ ਮੁਖਸਰ ਸਾਹਿਬ ਵਿਖੇ ਵਿਸ਼ਾਲ ਅਕਾਲੀ ਕਾਨਫਰੰਸ ਵੀ ਹੋਵੇਗੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਰਚਾ ਹੋਈ ਹੈ ਕਾਨੂੰਨ ਵਿਵਸਥਾ ਭ੍ਰਿਸ਼ਟਾਚਾਰ ਦਿੱਲੀ ਹੱਥ ਸਰਕਾਰ ਦਾ ਕੰਟਰੋਲ ਇਹਨਾਂ ਦੇ ਖਿਲਾਫ ਕਹਿੰਦੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਨਵਰੀ ਦੇ ਅਖੀਰ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨਗੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਸਭਾ ਹਲਕੇ ਜਿਹੜੇ ਕਵਰ ਕੀਤੇ ਜਾਣਗੇ ਇਸ ਯਾਤਰਾ ਦੇ ਵਿੱਚ ਇੱਕ ਦਿਨ ਚ ਦੋ ਦੋ ਹਲਕਿਆਂ ਵਿੱਚ ਯਾਤਰਾ ਕੱਢੀ ਜਾਵੇਗੀ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਮੇਂ ਦੇ ਵਿੱਚ ਪਾਰਟੀ ਨੇ ਵੀ ਐਲਾਨ ਕੀਤਾ ਸੀ ਕਿ ਸੁਖਵੀਰ ਬਾਦਲ ਪੈਦਲ ਯਾਤਰਾ ਕਰਨਗੇ ਪੂਰੇ ਪੰਜਾਬ ਦੀ ਹੁਣ ਇਹ ਪੈਦਲ ਹੋਏਗੀ ਜਾਂ ਫਿਰ ਗੱਡੀਆਂ ਤੇ ਹੋਏਗੀ ਇਸ ਬਾਰੇ ਹਲੇ ਸਪਸ਼ਟ ਨਹੀਂ ਹੈ ਪੰਜਾਬ ਦੇ ਵੱਡੇ ਮੁੱਦਿਆਂ ਜਿਵੇਂ ਕਿ ਫੈਡਰਲ ਢਾਂਚੇ ਨੂੰ ਖੋਰਾ ਲੱਗ ਰਿਹਾ ਹੈ ਰੀਜਨਲ ਪਾਰਟੀਆਂ ਨੇ ਸੈਂਟਰ ਸਟੇਜ ਰੀਜਨਲ ਪਾਰਟੀਆਂ ਨੂੰ ਸੈਂਟਰ ਸਟੇਜ ਤੇ ਲਿਆਂਦਾ ਵੇ ਪਾਕਿਸਤਾਨ ਨਾਲ ਵਪਾਰ ਸ਼ੁਰੂ ਹੋਵੇ ਇਹਨਾਂ ਮੁੱਦਿਆਂ ਤੇ ਲੋਕਾਂ ਨਾਲ ਚਰਚਾ ਕਰਨ ਲਈ ਚਾਰ ਮੈਮਰੀ ਕਮੇਟੀ ਬਣਾਈ ਗਈ ਹੈ ਜੋ ਵੱਖ-ਵੱਖ ਸ਼ਹਿਰਾਂ ਵਿੱਚ ਸੈਮੀਨਾਰ ਕਰੇਗੀ ਇਹਦੇ ਵਿੱਚ ਦਲਜੀਤ ਸਿੰਘ ਚੀਮਾ ਚੰਦੂ ਮਾਜਰਾ ਮਹਿੰਦਰ ਸਿੰਘ ਗਰੇਵਾਲ ਹਰਚਰਨ ਸਿੰਘ ਬੈਂਸ ਸ਼ਾਮਲ ਕੀਤੇ ਗਏ ਨੇ ਤੇ ਐਸਪੀਸੀ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਬਣਾਇਆ ਜਾ ਰਿਹਾ ਹੈ ਉਸ ਲਈ 10 ਜਨਵਰੀ ਨੂੰ ਆਨੰਦਪੁਰ ਸਾਹਿਬ ਤੋਂ ਆਪੇ ਗੁਰਚੇਲਾ ਨਾਮ ਤੇ ਇੱਕ ਵੱਡਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ 16 ਜਨਵਰੀ ਨੂੰ ਤਲਵੰਡੀ ਸਾਬੋ ਜਾ ਕੇ ਸਮਾਪਤ ਹੋਵੇਗਾ ਤੇ ਇਹ ਅਕਾਲੀ ਦਲ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਸੁਭ ਜ਼ਿਲ੍ਹਾ ਪ੍ਰਧਾਨਾਂ ਨੂੰ ਹਦਾਇਤ ਕੀਤੀ ਹੈ ਕਿ 15 ਜਨਵਰੀ ਤੱਕ ਪਾਰਟੀ ਦਾ ਜ਼ਿਲ੍ਹਾ ਪਧਰੀ ਟਾਂਚਾ ਮੁਕੰਮਲ ਕੀਤਾ ਜਾਵੇ ਬੇਨਤੀ ਕੀਤੀ ਹੈ ਸੋ ਆਸ ਰੱਖਦੇ ਹਾਂ ਬੜਾ ਪੋਜ਼ਿਟਿਵ ਤੇ ਹੰਕਾਰਾ ਜੀ ਮੈਨੂੰ ਤਾਂ ਪਾਰਟੀ ਤੋਂ ਵੀ ਹਟਾਇਆ ਗਿਆ ਮੈਂ ਤਾਂ ਪਾਰਟੀ ਛੱਡੀ ਨਹੀਂ ਪਾਰਟੀ ਵਾਪਸ ਬੁਲਾ ਲਓ ਨਹੀਂ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਸਾਡੀ ਬੁੱਲਾ ਅਸੀਂ ਤਾਂ ਹੀ ਸਾਰਿਆਂ ਨੂੰ ਬੁੱਲੇ ਮੰਨਦੇ ਨਾਲ ਦੇਖੋ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜਾਏਗੀ ਉਹਨਾਂ ਦਾ ਤਾਲਮੇ ਸਾਡਾ ਹੈਗਾ ਕਿਉਂਕਿ ਬਹੁਤ ਪੁਰਾਣੇ ਪਾਰਟੀ ਦੇ ਨਾਲ ਸਾਰੇ ਲੀਡਰਾਂ ਨਾਲ ਹੀ ਪਾਣੀ ਉਹ ਬਾਤ ਚੱਲੇ ਗਈ ਸੀ ਲੇਕਿਨ ਉਹਨਾਂ ਦੇ ਜਿਹੜੇ ਆ ਜਾਤੀ ਤੋਂ ਉੱਤੇ ਸਮਰੱਥ ਕਰਨ ਲੱਗੇ ਆ ਪਾਰਟੀ ਦੇ ਵਿੱਚ ਬੀਬੀ ਜਗੀਰ ਕੌਰ ਦੀ ਵਾਪਸੀ ਦੀਆਂ ਚਰਚਾਵਾਂ ਤੇ ਡਾਕਟਰ ਦਿਲਜੀਤ ਸਿੰਘ ਚੀਵਾ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਕਿਹਾ ਕਿ ਜੇ ਕੋਈ ਹੋਈਆਂ ਗਲਤੀਆਂ ਦੀ ਮਾਫੀ ਮੰਗਦਾ ਤਾਂ ਫਿਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਹਲੇ ਵੀ ਬੇਨਤੀ ਕਰਦੇ ਆ ਕਿ ਪੁਰਾਣੀਆਂ ਗੱਲਾਂ ਭੁੱਲ ਭੁਲਾ ਕੇ ਕਾਲੇ ਦਲ ਨਾਲ ਜੁੜੋ ਸੁਖਦੇਵ ਸਿੰਘ ਟੀਨ ਸੰਵੀ ਕਮੇਟੀ ਬਣਾਈ ਹੈ ਤੇ ਅਸੀਂ ਕਹਿੰਦੇ ਬੀਬੀ ਜਗੀਰ ਕੌਰ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਵਾਪਸ ਆ ਜਾਣ ਪਰ ਬੀਬੀ ਜਗੀਰ ਕੌਰ ਪਹਿਲਾਂ ਹੀ ਸਾਫ ਕਰ ਚੁੱਕੇ ਨੇ ਕਿ ਜੇ ਉਹਨਾਂ ਲਾਫ ਜਿਹੜਾ ਮਤਾ ਪਾਇਆ ਸੀ ਉਹ ਰੱਦ ਕੀਤਾ ਜਾਵੇ ਫਿਰ ਉਹ ਵਾਪਸ ਆਉਣਗੇ ਅਕਾਲੀ ਦਲ ਨੇ ਇਸ ਤੇ ਹਾਲੇ ਕੁਝ ਨਹੀਂ ਕਿਹਾ ਪੰਜਾਬ ਬੀਜੇਪੀ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਸੂਬਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੀ ਰਣਨੀਤੀ ਨੂੰ ਲੈ ਕੇ ਲੀਡਰਾਂ ਨਾਲ ਅਹਿਮ ਬੈਠਕ ਕੀਤੀ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਅਕਾਲੀਆਂ ਨਾਲ ਗੱਠਜੋੜ ਨੂੰ ਲੈ ਕੇ ਪੰਜਾਬ 'ਚ ਨਹੀਂ ਬਲਕਿ ਦਿੱਲੀ ਵਿੱਚ ਚਰਚਾ ਹੋਏਗੀ ਸਾਡਾ ਟੀਚਾ ਹੈ ਕਿ ਪਾਰਟੀ 23 ਸੀਟਾਂ ਤੋਂ 117 ਸੀਟਾਂ ਤੱਕ ਪੰਜਾਬ 'ਚ ਕਿਵੇਂ ਪਹੁੰਚੇ ਇਸ ਦੀ ਰਣਨੀਤੀ ਕਹਿੰਦੇ ਅਸੀਂ ਬਣਾ ਰਹੇ ਹਾਂ ਯਾਨੀ ਕਿ ਕੁੱਲ ਮਿਲਾ ਕੇ ਜਾਣਖੰਨੀ ਅਕਾਲੀ ਦਲ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੱਠ ਜੋੜ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਤੇ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਉਹਨਾਂ ਨੇ ਵੀ ਕਿਹਾ ਕਿ ਹਾਲ ਦੀ ਘੜੀ ਕੋਈ ਗੱਠ ਜੋੜ ਨਹੀਂ ਹੈਗਾ ਆਉਣ ਦੇ ਭਵਿੱਖ ਦੇ ਵਿੱਚ ਕੀ ਹੋ ਜੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਇੱਕ ਗੱਠ ਜੋੜ ਹੋਰ ਵੀ ਹੈ ਇੰਡੀਆ ਜਿਹੜਾ ਭਾਰਤ ਦੇ ਵਿੱਚ ਇਸ ਵਕਤ ਸਭ ਤੋਂ ਵੱਡਾ ਗੱਠ ਜੋੜ ਹੈ ਮੋਦੀ ਸਰਕਾਰ ਦੇ ਖਿਲਾਫ ਹੈ ਇਸ ਗੱਠ ਜੋੜ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਨੇ ਤੇ ਇਹ ਦੋਨੇ ਪਾਰਟੀਆਂ ਪੰਜਾਬ ਦੇ ਵਿੱਚ ਗੱਠ ਜੋੜ ਕਰਨਗੀਆਂ ਜਾਂ ਨਹੀਂ ਇਸ ਦੀ ਵੀ ਚਰਚਾ ਚੱਲਦੀ ਰਹਿੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਵजूद ਨੂੰ ਲੈ ਕੇ ਬਿਆਨ ਦਿੰਦੇ ਹੋਏ ਤੰਜ ਕਸਦਿਆਂ ਕਿਹਾ ਸੀ ਕਿ ਹੁਣ ਮਾਂ ਆਪਣੇ ਬੱਚੇ ਨੂੰ ਸਭ ਤੋਂ ਛੋਟੀ ਕਹਾਣੀ ਸੁਣਾਇਆ ਕਰੂਗੀ ਇੱਕ ਸੀ ਕਾਂਗਰਸ ਯਾਨੀ ਕਿ ਕਾਂਗਰਸ ਰਹਿਣੀ ਹੀ ਨਹੀਂ ਇਸ ਦੇ ਜਵਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸੀਐਮ ਮਾਨ ਨੂੰ ਕਰਾਰਾ ਜਵਾਬ ਭੇਜਿਆ ਸਿੱਧੂ ਨੇ ਕਿਹਾ ਸ਼ਰਮ ਕਰੋ ਕਾਂਗਰਸ ਸੀ ਤੇ ਹਮੇਸ਼ਾ ਰਹੇਗੀ ਰੋਕ ਸਕਦੇ ਹੋ ਤਾਂ ਰੋਕ ਲਿਓ ਪੰਜ ਸੂਬਿਆਂ ਦੇ ਵਿੱਚ ਆਵਾਦਮੀ ਪਾਰਟੀ ਨੂੰ ਅੱਧਾ ਫੀਸਦੀ ਵੋਟ ਵੀ ਨਹੀਂ ਮਿਲਿਆ ਸਿੱਧੂ ਨੇ ਕਿਹਾ ਕਿ ਪੰਜ ਆਦੇ ਮੁੱਖ ਮੰਤਰੀ ਮਾਨ ਕਿਹੜੀ ਗੱਲ ਕਰ ਰਹੇ ਨੇ ਇਹ ਬੀਜੇਪੀ ਤੋਂ 10 ਲੱਖ ਵੱਧ ਵੋਟਾਂ ਨੇ ਕਾਂਗਰਸ ਨੂੰ ਜਿਹੜੀਆਂ ਪੰਜ ਸੂਬਿਆਂ ਦੇ ਵਿੱਚ 5 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਉਹ ਬੀਜੇਪੀ ਤੋਂ ਵੀ 10 ਲੱਖ ਵੱਧ ਨੇ ਆਵਾਦਵੀ ਪਾਰਟੀ ਨੂੰ ਅੱਧਾ ਫੀਸਦੀ ਵੀ ਵੋਟ ਨਹੀਂ ਮਿਲੇ ਕਹਿੰਦੇ ਇੱਕ ਮੈਂਬਰ ਪਾਰਲੀਮੈਂਟ ਵਾਲੀ ਪਾਰਟੀ ਦੇ ਉਹ ਮੁੱਖ ਮੁੱਖ ਮੰਤਰੀ ਨੇ ਤੇ ਉਹ ਵੀ ਕਾਂਗਰਸ ਕੋਲੋਂ ਉਹਨਾਂ ਨੇ ਉਧਾਰੀ ਮੰਗੀ ਹੈ ਯਾਨੀ ਕਿ ਜਲੰਧਰ ਵਾਲੀ ਸੀਟ ਤੇ ਸਿੱਧੂ ਨੇ ਨਿਸ਼ਾਨਾ ਲਾਇਆ ਹੈ ਤੇ ਰਹੂਗੀ ਰੋਕ ਸਕਿਆ ਦਾ ਰੋਕ ਤੇਰੀ ਹੱਕ ਤੇ ਚੜ ਕੇ ਬੋਲਾਂਗੇ ਆ ਬਲਾਜਿੱਥੇ ਬੁਲਾਉਣਾ ਤੇ ਕਾ ਤੂੰ ਮਾਫੀ ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ ਕਾ ਹੈ ਨਾ ਕਰ ਥੋੜਾ ਤਾਂ ਉਹ ਹਾਲ ਹੋ ਗਿਆ ਦਿੱਲੀ ਵਾਲਿਆਂ ਦਾ ਤੇ ਇੱਥੇ ਤੁਸੀਂ ਪੰਜਾਬ ਵਾਲੇ ਜਿਹੜੇ 50 60 ਇਕੱਠੇ ਹੋਏ ਹੋ ਅੰਨਾ ਮਾਰੇ ਅੰਨੀ ਨੂੰ ਤੇ ਕਿਸਾਨ ਨੂੰ ਵਜੇ ਥਮੀ ਨੂੰ ਹੈ ਅੰਨਾ ਗੁਰੂ ਬਹਿਰਾ ਚੇਲਾ ਦੋਨੋਂ ਮਰਕ ਚ ਥੇਲਮ ਥੇਲਾ ਥੈਂਕ ਯੂ ਵੈਰੀ ਮੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੋਸ਼ਲ ਮੀਡੀਆ ਖਾਤੇ ਤੇ ਜਲੰਧਰ ਵਿੱਚ ਡੀਐਸਪੀ ਦੇ ਕਤਲ ਦੀ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਇੱਕ ਸੀ ਹੱਸਦਾ ਵਸਦਾ ਪੰਜਾਬ ਯਾਨੀ ਕਿ ਸੀਐਮ ਮਾਨ ਦੀ ਤਰਜ਼ ਤੇ ਹੀ ਉਹਨਾਂ ਨੇ ਜਵਾਬ ਦਿੱਤਾ ਇਸ ਤੋਂ ਬਾਅਦ ਰਾਜਾ ਵੜਿੰਗ ਨੇ ਇੱਕ ਹੋਰ ਨਸ਼ੇ ਨਾਲ ਹੋਈ ਮੌਤ ਦੀ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਜਿਹੀਆਂ ਖਬਰਾਂ ਹੁਣ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਬਹੁਤ ਦੁਖਦਾਈ ਹੈ ਕਿ ਸਾਡੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਨਸ਼ੇ ਤੇ ਲਗਾਮ ਕੱਸਣ ਦੇ ਵਾਅਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਮਹਿਸ ਫੋਕੀਆਂ ਮਸ਼ਹੂਰੀਆਂ ਵਿੱਚ ਵਿਅਸਤ ਨੇ ਮਾਵਾ ਦੇ ਪੁੱਤ ਖਤਮ ਹੋ ਰਹੇ ਨੇ ਤੇ ਆਮ ਆਦਮੀ ਪਾਰਟੀ ਹੱਥ ਤੇ ਹੱਥ ਧਰੀ ਬੈਠੀ ਹੈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਾਈ ਕਮਾਂਡ ਨੇ ਵੀ 4 ਜਨਵਰੀ ਨੂੰ ਦਿੱਲੀ ਸੱਦਿਆ ਹੈ ਯਾਨੀ ਕਿ ਵੀਰਵਾਰ ਨੂੰ ਦੋਵੇਂ ਲੀਡਰ ਦਿੱਲੀ ਜਾ ਰਹੇ ਨੇ ਰਾਹੁਲ ਗਾਂਧੀ ਤੇ ਕੌਮੀ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਗੱਠਜੋੜ ਨੂੰ ਲੈ ਕੇ ਪਾਰਟੀ ਦੇ ਦੋਵੇਂ ਲੀਡਰਾਂ ਨਾਲ ਅਹਿਮ ਚਰਚਾ ਕਰਨਗੇ ਇਸ ਤੋਂ ਪਹਿਲਾਂ 26 ਦਸੰਬਰ ਨੂੰ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਦੌਰਾਨ ਖੜਗੇ ਤੇ ਰਾਹੁਲ ਗਾਂਧੀ ਨੇ ਮੀਟਿੰਗ ਕੀਤੀ ਸੀ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਬਾਜਵਾ ਧੜੇ ਨੇ ਗੱਠਜੋੜ ਦਾ ਵਿਰੋਧ ਕੀਤਾ ਸੀ ਜਦ ਕਿ ਔਜਲਾ ਬਿੱਟੂ ਨੇ ਗੱਠਜੋੜ ਸੂਰਤ ਵਿੱਚ 8 ਸੀਟਾਂ ਆਪ ਤੋਂ ਲੈਣ ਦੀ ਮੰਗ ਕੀਤੀ ਸੀ ਪਰ ਇਸ ਦਾ ਕੋਈ ਜਨਤਕ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਸੀ ਹੁਣ ਹਾਈ ਕਮਾਂਡ ਬਾਜਵਾ ਤੇ ਵੜਿੰਗ ਦੇ ਨਾਲ ਕੀ ਗੱਲ ਕਰੇਗੀ ਇਹ ਮੀਟਿੰਗ ਤੋਂ ਬਾਅਦ ਲੀਡਰ ਦੱਸਣਗੇ ਜਾਂ ਨਹੀਂ ਇਹ ਤਾਂ ਹੁਣ ਵੀਰਵਾਰ ਨੂੰ ਹੀ ਪਤਾ ਲੱਗੂਗਾ ਆਵਾਜ਼ਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੀਜੀ ਵਾਰੀ ਈਡੀ ਦੇ ਮੂਹਰੇ ਨਹੀਂ ਪੇਸ਼ ਹੋਏ ਪਰ ਇਸ ਵਾਰੀ ਪੰਜਾਬ ਦੀ ਸਿਆਸਤ ਵੀ ਇਸ ਮੁੱਦੇ ਤੇ ਗਰਮ ਹੈ ਵਿਰੋਧੀ ਆਵਾਜ਼ਮੀ ਪਾਰਟੀ ਨੂੰ ਘੇਰ ਰਹੇ ਨੇ ਤੇ ਆਵਾਜ਼ਮੀ ਪਾਰਟੀ ਹੈ ਜਿਹੜੀ ਉਹ ਆਪਣੇ ਆਪ ਨੂੰ ਬਚਾ ਰਹੀ ਹੈ ਇਸ ਵਾਰ ਵੀ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸਾਹਮਣੇ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਪੇਸ਼ ਹੋਣ ਦੀ ਬਜਾਏ ਆਪਣਾ ਜਵਾਬ ਭੇਜਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਭੇਜੇਗੇ ਸਮਨ ਨੂੰ ਲੈ ਕੇ ਸਵਾਲ ਪੁੱਛੇ ਸਨ ਕਿ ਮੈਨੂੰ ਤੁਸੀਂ ਮੁਲਜ਼ਮ ਦੇ ਤੌਰ ਤੇ ਬੁਲਾਇਆ ਜਾਂ ਫਿਰ ਗਵਾਹ ਦੇ ਤੌਰ ਤੇ ਪਰ ਸੀ ਕੋਈ ਜਵਾਬ ਨਹੀਂ ਦਿੱਤਾ ਉਹੀ ਸਮਨ ਭੇਜਦਾ ਤੁਹਾਡਾ ਰਵਈਆ ਮਨਮਾਨਾ ਹੈ ਤੇ ਉਧਰ ਆਵਾਦਵੀ ਪਾਰਟੀ ਨੇ ਵੀ ਇਲਜ਼ਾਮ ਲਾਇਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੋਟਿਸ ਕਿਉਂ ਜਾਰੀ ਕੀਤਾ ਗਿਆ ਦਰਅਸਲ ਕਹਿੰਦੇ ਬੀਜੇਪੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੁਸੀਂ ਪਹਿਲਾਂ ਹੀ ਆਪ ਦੇ ਤਿੰਨ ਲੀਡਰ ਸਤਿੰਦਰ ਜੈਨ ਮਨੀਸ਼ ਸੋਦੀਆ ਤੇ ਸੰਜੀਤ ਸਿੰਘ ਨੂੰ ਸ਼ਰਾਬ ਨੀਤੀ ਦੇ ਕੇਸ ਵਿੱਚ ਜੇਲ੍ਹ ਚ ਰੱਖਿਆ ਹੋਇਆ ਹੈ ਅੱਜ ਪੂਰੇ ਹਿੰਦੁਸਤਾਨ ਵਿੱਚ ਚਰਚਾ ਹੈ ਕਿ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਕੋ ईडी ने फिर से समन किया है। हैरानी की बात यह है कि अब तक बार बार पूछने पर भी ईडी ने या केंद्र सरकार ने यह नहीं बताया कि वे अरविंद केजरीवाल जी को किस हैसियत से बुला रहे हैं ना वो गवाह हैं। ਨਾ ਉਹ ਅਭਯੁਕਤ ਹੈ। ਈਡੀ ਨੇ ਅਪ ਤੱਕ ਸਾਫ ਨਹੀਂ ਕੀਤਾ। ਵਿਕਰਮ ਸਿੰਘ ਮਜੀਠੀਆ ਅਰਵਿੰਦ ਕੇਜਰੀਵਾਲ ਤੇ ਬੋਲਣ ਕਿਵੇਂ ਨਾ ਇਹ ਨਹੀਂ ਹੋ ਸਕਦਾ। ਤੰਜ ਕਸਦਿਆਂ ਵਿਕਰਮ ਮਜੀਠੀਆ ਨੇ ਕਿਹਾ ਕਿ ਕੀ ਦੇਸ਼ ਵਿੱਚ ਤੁਹਾਡੇ ਲਈ ਵੱਖਰਾ ਤੇ ਸਾਡੇ ਲਈ ਵੱਖਰਾ ਕਾਨੂੰਨ ਹੈ ਕੇ ਜੀਵਾਲ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸੰਮਨ ਜਾਰੀ ਹੋਣ ਉਹ ਬਣ ਜਾਂਦੇ ਨੇ ਗੈਰ ਕਾਨੂੰਨੀ ਪਰ ਜੇ ਪੰਜਾਬ ਦੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੰਮਨ ਆਉਣ ਤਾਂ ਉਹ ਕਿਸੇ ਕਾਰਨ ਨਾ ਵੀ ਜਾ ਸਕਣ ਤੁਸੀਂ ਕਹਿੰਦੇ ਹੋ ਡਰ ਗਏ ਜਨਾਬ ਨੇ ਤਾਂ ਮੇਰੇ ਕੋਲੋਂ ਮਾਫੀ ਵੀ ਮੰਗੀ ਹੈ ਇਸ ਕਰਕੇ ਤੁਹਾਡੀ ਮੈਂ ਕਦਰ ਕਰਦਾ ਕਿ ਤੁਸੀਂ ਸੱਚਾਈ ਦਾ ਸਾਥ ਦਿੱਤਾ ਪਰ ਪੰਜਾਬ ਚ ਪੁਲਿਸ ਦਾ ਸਿਆਸੀਕਰਨ ਇਸ ਹੱਦ ਤੱਕ ਹੈ ਕਿ ਪੰਜਵੀਂ ਸਿੱਟ ਬਣ ਗਈ ਹੈ ਮੇਰੇ ਖਿਲਾਫ ਜਿਹੜੀ ਸਿੱਟ ਭਗਵੰਤ ਮਾਨ ਦੇ ਆਖੇ ਨਹੀਂ ਲੱਗਦੀ ਉਹ ਇਹਨਾਂ ਨੂੰ ਪਰਵਾਹ ਨੀ ਸੋ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਸਿਟ ਦੇ ਚੇਅਰਮੈਨ ਤੁਸੀਂ ਹੀ ਬਣ ਜਾਓ ਸੋ ਉਹਨਾਂ ਨੇ ਫਿਰ ਇਹੀ ਕਿਹਾ ਅਰਵਿੰਦ ਕੇਜੀਵਾਲ ਨੂੰ ਕਿ ਜੇ ਈਡੀ ਤੋਂ ਡਰ ਲੱਗਦਾ ਤਾਂ ਮੈਂ ਤੁਹਾਨੂੰ ਛੱਡ ਕੇ ਆਉਂਗਾ ਘਬਰਾਇਓ ਨਾ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਘੇਰਿਆ ਹੈ ਕਹਿੰਦੇ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਹੁਣ 4 ਦਿਨਾਂ ਦੇ ਲਈ ਆਂਧਰਾ ਪ੍ਰਦੇਸ਼ ਧਿਆਨ ਲਾਉਣ ਲਈ ਚਲੇ ਗਏ ਨੇ ਕਹਿੰਦੇ ਬੜੀ ਹੈਰਾਨੀ ਹੁੰਦੀ ਹੈ ਕਿ ਕੀ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਪੰਜਾਬ ਦਾ ਹੁਸ਼ਿਆਰਪੁਰ ਵਾਲਾ ਮੈਡੀਕ ਸੈਂਟਰ ਚੰਗਾ ਨਹੀਂ ਹੈਗਾ ਜਿੱਥੇ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ 10 ਦਿਨ ਦੀ ਸਾਧਨਾ ਕਰਕੇ ਗਏ ਨੇ ਜਾਂ ਫਿਰ ਕਹਿੰਦੇ ਉਹਨਾਂ ਦੀ ਸਿਮਰਨ ਸਾਧਨਾ ਈਡੀ ਤੋਂ ਬਚਨ ਖਾਤਰ ਸੀ ਇੱਥੇ ਸਿਰਫ ਉਹਨਾਂ ਨੂੰ ਪਨਾਹ ਦਿੱਤੀ ਗਈ ਸੀ ਇਸ ਦੇ ਨਾਲ ਹੀ ਕਹਿੰਦੇ ਕੀ ਭਗਵੰਤ ਮਾਨ ਆਪਣੇ ਆਪ ਨੂੰ ਅਜਿਹੇ ਨਾਜ਼ੁਕ ਸਮੇਂ ਤੇ ਦਿੱਲੀ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਹਾਲਾਤ ਗਰਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੇਜਰੀਵਾਲ ਜੀ ਈਡੀ ਦੇ ਸਾਹਮਣੇ ਪੇਸ਼ ਹੋ ਰਹੇ ਨੇ ਇੱਕ ਹਫਤਾ ਸੇ ਜ਼ਿਆਦਾ ਸਮਾਂ ਇੱਥੇ ਕੇਜਰੀਵਾਲ ਸਾਹਿਬ ਪੰਜਾਬ ਦੇ ਹੁਸ਼ਿਆਰਪੁਰ ਕੇ ਅੰਦਰ ਵਿਪਾਸਨਾ ਕੇਂਦਰ ਮੇ ਆ ਕੇ ਧਿਆਨ ਲਗਾ ਕੇ ਗਏ ਨੇ ऐसा कौन सा ध्यान भगवंत मान जी आंध्र प्रदेश में जा के लगाना चाहते हैं क्यों पंजाब का पैसा व्यर्थ कर रहे थे या उनके कोई राजनीतिक मंत्र थे क्या वो उंगली उठाना चाहते हैं अपने बॉस के ऊपर कि केजरीवाल साहब यहाँ पे ਧਿਆਨ ਕਰਨੇ ਲਈ ਨਹੀਂ ਵਿਪਾਸਨਾ ਕਰਨੇ ਕੇ ਨਹੀਂ ਨਹੀਂ ਬਲਕਿ ਜੀਸੇ ਆਪਣੀ ਚਾਨ ਬਾਕੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਕੇ ਭਗਵੰਤ ਮਾਨ ਕਿਹੜੇ ਧਿਆਨ ਸਿਮਰਨ ਦੇ ਲਈ ਜਾ ਰਹੇ ਨੇ ਕਹਿੰਦੇ ਨਵੇਂ ਸਾਲ ਤੇ ਇੱਕ ਵਾਰੀ ਮੁੜ ਤੋਂ ਪੰਜਾਬ ਸਰਕਾਰ ਨੇ 2500 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜਾ ਦਿੱਤਾ ਹੈ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੌਨਰ ਸਬਦੇ ਐਫਰਟੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਹੈ ਆਕੇ ਬਚ ਸਕਦੇ ਨਹੀਂ ਜਿੰਨਾ ਮਰਜੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਜਲੰਧਰ ਦੇ ਵਿੱਚ ਡੀਐਸਪੀ ਦਲਬੀਰ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੂਤਰਾਂ ਮੁਤਾਬਕ ਪੁਲਿਸ ਨੇ ਇਸ ਕੇਸ ਵਿੱਚ ਇੱਕ ਆਟੋ ਡਰਾਈਵਰ ਨੂੰ ਫੜਿਆ ਹੈ ਪੁਲਿਸ ਨੇ ਮੁਲਜ਼ਮ ਤੋਂ ਹੁਣ ਤੱਕ ਪਿਸਤੌਲ ਤਾਂ ਬਰਾਮਦ ਨਹੀਂ ਕੀਤਾ ਪੁੱਛਗਿੱਛ ਚੱਲ ਰਹੀ ਹੈ ਪਰ ਪਤਾ ਲੱਗਿਆ ਕਿ ਉਹੀ ਬੰਦਾ ਹੈ ਜਿਸ ਨੇ ਡੀਐਸਪੀ ਨੂੰ ਖਤਮ ਕੀਤਾ ਮੰਗਲਵਾਰ ਰਾਤ ਨੂੰ ਤਕਰੀਬਨ 12 ਵਜੇ ਜਾਂਚ ਕਰ ਰਹੀ ਪੁਲਿਸ ਦੀ ਟੀਮ ਨੂੰ ਵਰਕਸ਼ਾਪ ਚੌਂਕ ਦੇ ਕੋਲ ਸ਼ਰਾਬ ਦੇ ਠੇਕੇ ਤੋਂ ਮਿਲੇ ਸੀਸੀਟੀਵੀ ਰਾਹੀ ਮਦਦ ਮਿਲੀ ਹੈ ਜਿਸ ਵਿੱਚ ਮੁਲਜ਼ਮ ਦੀ ਪਛਾਣ ਹੋਈ ਸੀ ਸੀਸੀਟੀਵੀ ਦੇ ਆਧਾਰ ਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਬੁੱਧਵਾਰ ਤੜਕੇ ਗ੍ਰਿਫਤਾਰ ਕਰ ਲਿਆ ਛੇਤੀ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਜਾਣ ਦੀ ਖਬਰ ਮਿਲੀ ਹੈ ਫਿਲਹਾਲ ਮੁਲਜ਼ਮ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਪੁਲਿਸ ਨੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਦਾ ਮੈਡੀਕਲ ਵੀ ਕਰਵਾ ਲਿਆ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਇਸ ਮਾਮਲੇ ਤੇ ਕਿਸੇ ਵੀ ਵਕਤ ਪੀਸੀ ਕਰ ਸਕਦੇ ਨੇ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਵਰਕਸ਼ਾਪ ਚੌਂਕ ਦੇ ਕੋਲ ਮਾਮੇ ਦੇ ਢਾਬੇ ਦੇ ਆਲੇ ਦੁਆਲੇ ਪੁਲਿਸ ਦੀ ਜਾਂਚ ਚੱਕ ਰਹੀ ਸੀ ਪੁਲਿਸ ਨੇ ਇਲਾਕੇ ਲੱਗੇ ਦਰਜਨਾ ਸੀਸੀਟੀਵੀ ਖੰਗਾਲੇ ਪਰ ਕੁਝ ਵੀ ਹੱਥ ਨਾ ਲੱਗਿਆ ਜਦੋਂ ਮੰਗਲਵਾਰ ਦੇਰ ਰਾਤ ਨੂੰ ਪੁਲਿਸ ਨੇ ਡਰਾਈਵਰ ਦੀ ਪਛਾਣ ਕੀਤੀ ਤਾਂ ਲੱਭਣ ਤਲਾਸ਼ ਸ਼ੁਰੂ ਕਰ ਦਿੱਤੀ ਤੇ ਵਰਕਸ਼ਾਪ ਚੌਂਕ ਜਾ ਕੇ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਮੰਗਲਵਾਰ ਦੁਪਹਿਰੇ ਪੋਸਟਮਾਰਟਮ ਤੋਂ ਬਾਅਦ ਡੀਐਸਪੀ ਦਲਬੀਰ ਸਿੰਘ ਦੀ ਦੇਹ ਪੁਲਿਸ ਮਾਫ ਕਰਨਾ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਪੂਰਥਲਾ ਦੇ ਪਿੰਡ ਖੋਡੇਵਾਲ ਦੇ ਵਿੱਚ ਡੀਐਸਪੀ ਦਲਬੀਰ ਸਿੰਘ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ ਡੀਐਸਪੀ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਪੁੱਤਰ ਨੇ ਦਿਖਾਈ